ਵੈਰਨ ਸਕੁਆਇਰ ਤੇ ਤੁਹਾਡਾ ਸਵਾਗਤ ਹੈ ਸਾਡੇ ਅੱਜ ਦੇ ਮਹਿਮਾਨ ਨੇ ਫਿਲਮ ਐਕਟ੍ਰੈਸ ਅਤੇ ਐਕਟਿਵਿਸਟ ਗੁਲਪਨਾਗ ਗੁਲ ਤੁਹਾਡਾ ਇੱਕ ਸਫ਼ਰ ਪਿੰਡ ਦੀਆਂ ਗਲੀਆਂ ਤੋਂ ਸ਼ੁਰੂ ਹੋਇਆ ਹੈ ਤੇ ਤੁਸੀਂ ਅੱਜ ਇੱਕ ਬਿਊਟੀ ਕੁਈਨ ਰਹਿ ਚੁੱਕੇ ਹੋ ਐਕਟ੍ਰੈਸ ਐਂਡ ਐਕਟਿਵਿਸਟ ਵਾਟ ਇਜ਼ This ਬਿਊਟੀਫੁੱਲ ਜਰਨੀ ਅਬਾਊਟ ਆਈ ਥਿੰਕ ਕੁਝ ਚੀਜ਼ਾਂ ਤੁਹਾਡੇ ਭਾਗ ਚ ਲਿਖਿਆ ਹੁੰਦੀ ਹੈ ਤੇ ਕੁਝ ਚੀਜ਼ਾਂ ਤੁਸੀਂ ਆਪ ਚੁਣ ਕੇ ਆਪਣੀ ਜ਼ਿੰਦਗੀ ਨੂੰ ਇੱਕ ਡਾਇਰੈਕਸ਼ਨ ਦਿੰਦੇ ਹੋ ਤੁਜਾ ਦੋਨੋਂ ਮਿਲਦੀਆਂ ਇਕੱਠੇ ਤੇ ਫਿਰ ਕਾਫੀ ਦਿਲਚਸਪ ਜਿਹਾ ਸਫਰ ਸਾਹਮਣੇ ਆਉਂਦਾ ਹੈ ਤੁਹਾਡੀ ਪਿੰਡ ਦੇ ਵਿੱਚ ਕੀ ਸੀ ਜ਼ਿੰਦਗੀ ਤੁਹਾਡਾ ਪਹਿਲਾ ਮਾਈਲਸਟੋਨ ਕਿੱਥੇ ਤੁਸੀਂ ਖੇਡੇ ਕਿਦਾਂ ਤੁਸੀਂ ਵੱਡੇ ਹੋਏ ਸਾਡਾ ਪਿੰਡ ਫਤਿਹਗੜ੍ਹ ਸਾਹਿਬ ਜ਼ਿਲ੍ਹੇਚ ਪੈਂਦਾ ਹੈ ਮਹੱਦੀਆਂ ਤੇ ਮੇਰੇ ਫਾਦਰ ਇੱਕ ਇੱਕ ਟਾਈਮ ਤੇ ਰਸ਼ੀਆ ਚ ਪੋਸਟਡ ਸੀਗੇ ਯੂਐਸਐਸਆਰ ਚ 84 83 84 ਦੀ ਗੱਲ ਹੈ ਤੇ ਮੇਰੇ ਗ੍ਰੈਂਡਪੈਰੈਂਟਸ ਦਾਦਾ ਜੀ ਤੇ ਦਾਦੀ ਜੀ ਪਿੰਡ ਰਹਾ ਕਰਦੇ ਸੀਗੇ ਤੇ ਫਿਰ ਜਦ ਮੈਂ ਰਸ਼ੀਆ ਨਹੀਂ ਜਾ ਸਕੀ ਤੇ ਨੈਕਸਟ ਬੈਸਟ ਸੋਲੂਸ਼ਨ ਜਗਾ ਕਿ ਮੈਂ ਪਿੰਡ ਰਹਾ ਨਾਲ ਲੇਕਿਨ ਜਿਹੜਾ ਮੈਨੂੰ ਉੱਥੇ ਐਕਸਪੀਰੀਅੰਸ ਮਿਲਿਆ ਜਿਹੜੀ ਲਾਈਫ ਦਾ ਮੈਨੂੰ ਰੂਬਰੂ ਹੋਣ ਦਾ ਮੌਕਾ ਮਿਲਿਆ ਉਹ ਸ਼ਾਇਦ ਮੈਨੂੰ ਲਾਈਫ ਚ ਦੁਬਾਰਾ ਕਦੇ ਨਹੀਂ ਮਿਲਣੀ ਸੀ ਉਹ ਜਿਹੜੇ ਫਾਰਮੇਟਿਵ ਸਾਲ ਸੀਗੇ 2 ਸਾਲ ਜਦ ਮੈਂ ਬਸੀ ਪਠਾਨਾ ਪੜੀ ਇੱਕ ਸਕੂਲ ਸਗਾ ਉਹਥੇ ਇੰਗਲਿਸ਼ మీడియం ਤੇ ਰੋਜ਼ ਮੇ ਜਾਣਾ ਆਣਾ ਇੰਨੀ ਲੰਬੀ ਜਾਂਦੀ ਲੱਗਦੀ ਸੀ ਹੁਣ ਚੱਲਿਆ ਪਤਾ ਕਿ ਸਿਰਫ 1.7 ਕਿਲੋਮੀਟਰ ਹੈਗੀ ਪਰ ਤੁਸੀਂ ਆਪਣੀ ਭਾਸ਼ਾ ਨੂੰ ਸਿੱਖਣ ਦਾ ਮੌਕਾ ਕਦੇ ਗਵਾ ਨਹੀਂ ਸਕਦੇ ਤੇ ਇਹ ਸਭ ਤੋਂ ਵੱਡੀ ਮੈਂ ਮੰਨਦੀ ਹਾਂ ਮੇਰੀ ਅਚੀਵਮੈਂਟ ਹੈ ਕਿ ਪਿੰਡ ਰਹਿ ਕੇ ਕਲਚਰ ਦੀ ਜਿਹੜਾ ਸਦਾ ਬੇਸਿਕ ਪੰਜਾਬ ਹੈਗਾ ਰੂਰਲ ਪੰਜਾਬ ਕਿਵੇਂ ਹੈਗਾ ਅਸੀਂ ਸ਼ਹਿਰੀ ਲੋਕ ਤਾਂ ਭੁੱਲੀ ਜਾਂਦੇ ਆ ਕਿ ਮਤਲਬ ਪਿੰਡਾਂ 'ਚ ਵੀ ਕਿਹੋ ਜਿਹੀ ਜ਼ਿੰਦਗੀ ਹੁੰਦੀ ਸੀ ਕਦੇ ਮੈਂ ਕਿਤੇ ਪੜ ਰਿਆ ਸੀ ਕਿ ਉਦੋਂ ਪੀਕ ਟੈਰਰਿਜ਼ਮ ਡੇ ਸੀ ਜਦੋਂ ਤੁਹਾਡਾ ਯੂਥ ਪਿੰਡ ਵਿੱਚ ਹੋਇਆ ਤੇ ਤੁਹਾਡੇ ਬੜੇ ਇੰਪ੍ਰੈਸ਼ਨੇਬਲ ਯੀਅਰਸ ਸੀਗੇ ਕੁਝ ਟੈਰਰਿਜ਼ਮ ਸ਼ੁਰੂ ਹੋ ਚੁੱਕਿਆ ਸੀਗਾ ਤੇ ਮੈਨੂੰ ਬਹੁਤ ਕਲੀਅਰ ਮੈਮਰੀ ਹੈਗੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੀ ਅਸੈਸਿਨੇਸ਼ਨ ਦੀ ਤੇ ਮੈਂ ਸਕੂਲ 'ਚ ਸੀਗੀ ਬਸੇ ਬਠਾਣਾ ਤੇ ਸਦੇ ਟੀਚਰ ਨੇ ਆ ਕੇ ਕਿਹਾ ਕਿ 인드ਰਾ ਗਾਂਧੀ ਦੇ ਸਟੇਜ ਕਿਸੇ 16 ਗੋਲੀਆਂ ਮਾਰੀਆਂ ਸਕੂਲ ਬੰਦ ਹੋ ਰਿਹਾ ਹੈ ਤੇ ਅਸੀਂ ਘਰ ਚਲੇ ਗਏ ਨੇੜੇ ਸੀਗਾ ਘਰ 4 ਕਿਲੋਮੀਟਰ ਦੂਰ 5 ਕਿਲੋਮੀਟਰ ਦੂਰ ਤੇ ਇੱਕ ਤਰੀਕੇ ਨਾਲ ਜਿਉ ਸੀ ਬੱਚੇ ਹੁੰਨੇ ਹੋ ਜਸਰੰਦ ਬਸੇ ਬਿਠਾ ਜਿਹੜੇ ਫੋਟੋ ਸਟੂਡੀਓਸ ਸੀਗੇ ਉੱਥੇ ਜਿਵੇਂ ਹੁਣ ਬੰਬੇ ਦਿੱਲੀ ਚੰਡੀਗੜ੍ਹ ਫਿਲਮ ਸਟਾਰ ਦੀ ਫੋਟੋ ਲੱਗੀਆਂ ਹੁੰਦੀ ਹੈ ਉਸ ਦੌਰਾਨ ਉਸ ਉਸ ਟਾਈਮ ਤੇ ਜਿਹੜੀ ਫੋਟੋਆਂ ਲੱਗੀਆਂ ਹੋਈਆਂ ਸੀਗੀਆਂ ਉਹ ਜਰਨੈਲ ਸਿੰਘ ਪਿੰਡ ਵਾਲੇ ਦੇ ਸੀਗੀਆਂ ਹੁਣ 4-5 ਸਾਲ ਦਾ ਬੱਚਾ ਉਹ ਦੇਖ ਕੇ ਕਿਵੇਂ ਇਨਫਲੂਐਂਸ ਨਾ ਹੋਵੇ ਤੇ ਉਹਨਾਂ ਦਾ ਨਾ ਕੋਈ ਜਰਨੈਲ ਸਿੰਘ ਪਿੰਡਰਾਵਾ ਦਾ ਨਹੀਂ ਕਿਹਾ ਜਾਂਦਾ ਸਗਾ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਤਾਂ ਇਹ ਜਿਹੜੀ ਇਮਪ੍ਰੈਸ਼ਨ ਸੀਗੇ ਕਾਫੀ ਮੈਂ ਮੰਨਦੀ ਹਾਂ ਸਟਰੋਂਗ ਸੀਗੇ ਤੁਹਾਨੂੰ ਆਈਡੀਆ ਨਹੀਂ ਸੀਗਾ ਕਿ ਤੁਸੀਂ ਜੇ ਸਕੂਲ ਗੱਲ ਬਾਤ ਕਰ ਰਹੇ ਹੈਂ اینڈ ਮਾਈਂਡ ਯੂ 4-5 ਸਾਲ ਦੇ ਬੱਚੇ ਬਹੁਤ ਜ਼ਿਆਦਾ ਗਲਤ ਬਾਤ ਕਰ ਸਕਦੇ ਹੈਂ ਤੁਸੀਂ ਤੁਸੀਂ ਕਿਤੇ ਕਿਹਾ ਨਾ ਕਿ ਯੋਰ ਸੈਕੂਲਰਿਜ਼ਮ ਕੇਮ ਬੈਕ ਕੇਮ ਲੇਟਰ ਫੌਰ ਜਬ ਮੈਂ ਮੇਰੇ ਫਾਦਰ ਨੂੰ ਵਾਪਸ ਜੁਆਇਨ ਕੀਤਾ ਤਦ ਜਾ ਕੇ ਮੈਨੂੰ ਥੋੜਾ ਜਿਹਾ ਲੱਗਿਆ ਕਿ ਜਿਹੜੇ ਖਿਆਲਤ ਜਿਹੜੇ ਸੋਚ ਮੈਂ ਲੈ ਕੇ ਆਈ ਹੈ ਐਂਡ ਆ ਵਾਸ ਓਨਲੀ 6-7 ਸਾਲ ਦੀ ਹੋਣੀ ਜਦੋਂ ਵਾਪਸ ਗਈ ਸੈਕੂਲਰ ਮੋਲਡ ਤੇ ਜਿਸ ਤਰੀਕੇ ਨਾਲ ਜਿਹੜਾ ਮੇਰਾ ਮਾਹੌਲ ਸੀਗਾ ਪਿੰਡ ਹਾਰਡ ਕੋਰ ਰਾਈਟ ਵਿੰਗ ਜਿਹਨੂੰ ਕਹਿੰਨੇ ਹੈ ਹਾਰਡ ਕੋਰ ਰਾਈਟ ਵਿੰਗ ਐਕਸਟਰੀਮਿਸ ਮਾਹੌਲ ਜਦੋਂ ਸਾਰਾ ਪੰਜਾਬ ਚ ਸੀਗਾ ਉਸ ਟਾਈਮ ਤੇ ਜੋ ਲਹਿਰ ਦੀ ਪ੍ਰੋਡਕਟ ਮੈ ਸੀਗੀ ਹਾਲਾਂਕਿ ਛੋਟੀ ਉਮਰ ਚ ਸੀਗੀ ਬਹੁਤ ਛੋਟੀ ਫਿਰ ਵੀ ਬਟ ਹੁਸ਼ਵੰਤ ਛੋਟੀ ਉਮਰ ਚ ਹੋਣਾ ਵੀ ਬਹੁਤ ਲੇਟਰ ਇਮਪ੍ਰੈਸ਼ਨਸ ਤੁਹਾਨੂੰ ਰੈਲਾਈਜ਼ ਹੁੰਨੇ ਕਿ ਬਾਹਰ ਨਿਕਲ ਨਿਕਲ ਕੇ ਆਉਨੇ ਹਨ ਕਿਉਂਕਿ ਤੁਹਾਡੀ ਜਿਹੜੀ ਇੰਨੀ ਪੰਜਾਬੀਅਤ ਹੈ ਤੁਹਾਡੇ ਵਿੱਚ ਉਹ ਵੀ ਉੱਥੋਂ ਆਈ ਹੈ ਤੁਸੀਂ ਬਿਲਕੁਲ ਕਈ ਇਸ਼ੂਸ ਤੇ ਬੜੇ ਵੋਕਲ ਵੀ ਹੋ ਖਾਸ ਕਰ ਤੁਸੀਂ 1984 ਐਂਟੀ ਸਿਕ ਰਾਈਟਸ ਤੇ ਬਹੁਤ ਵੋਕਲ ਹੋ ਐਂਡ ਤੁਸੀਂ ਆਪਣੀ ਪੋਜੀਸ਼ਨ ਉਸ ਤੇ ਬਾਰ ਬਾਰ ਐਅਰ ਕੀਤੀ ਹੈ ਮੈਂ ਮੈਂ ਸਮਝਦੀ ਕਿ ਜੇ ਤੁਹਾਡੇ ਕੋਲ ਇੱਕ ਇਹੋ ਜੀ ਪੋਜੀਸ਼ਨ ਹੈ ਇੱਕ ਇਹੋ ਜਿਹਾ ਪਲੇਟਫਾਰਮ ਹੈ ਕਿ ਜੋ ਤੁਸੀਂ ਕਹੋਗੇ ਲੋਕ ਸੁਣਨਗੇ ਤੁਹਾਨੂੰ ਆਪਣੇ ਜਿਹੜੇ opinion's ਨੇ ਉਹ ਜ਼ਰੂਰ ਜ਼ਾਹਰ ਕਰਨੇ ਚਾਹੀਦੇ ਨੇ ਬਟ ਸਜਨ ਕੁਮਾਰ ਸਨ ਕਿ ਆਪ ਦਿੱਲੀ ਅਸੈਂਬਲੀ ਇਲੈਕਸ਼ਨ ਕੰਟੈਸਟ ਕਰ ਰਹੇ ਹੈ ਦੇਖੋ ਜੀ ਉਹਨਾਂ ਦਾ ਹੁਣ ਇੱਕ ਇੱਕ ਚੀਜ਼ ਹੋਰ ਵੀ ਹੈਗੀ ਜੀ ਤੁਹਾਡੇ ਫਾਦਰ ਸਾਹਿਬ ਤੇ ਕੋਈ ਇਲਜ਼ਾਮ ਲੱਗੇ ਹੋਏ ਨੇ ਉਹ ਕੀ ਜਾਇਜ਼ ਹੈ ਕਿ ਉਹ بیٹے ਵੀ بیٹے ਨੂੰ ਵੀ ਉਹਦਾ ਮਤਲਬ ਉਹਦਾ ਫਲ ਭੁਗਤਣ ਪਵੇ ਉਹ ਇੱਕ ਮੁੱਦਾ ਹੈ ਜਿੱਥੇ ਤੱਕ ਕੀ ਗੱਲ ਹੋਈ ਐਚ ਕੇ ਐਲ ਭਗਤ ਸੱਜਨ ਕੁਮਾਰ ਜਗਦੀਸ਼ ਟਾਈਟਲਰ ਦੀ तमाम ਗਵਾਹ ਹੋਣ ਦੇ ਬਾਵਜੂਦ ਜਦ ਪ੍ਰੋਸੀਕਿਊਸ਼ਨ ਇੰਨੀ ਵੀਕ ਰਹੀ ਹੈ ਜਦ ਸਾਰੇ ਸਬੂਤ ਸਿਸਟਮੈਟਿਕਲੀ ਡਿਸਟਰੋਏ ਕੀਤੇ ਗਏ ਨੇ ਜਾਂ ਜੇ ਤੁਸੀਂ ਚਾਹ ਚਾਹ ਟਾਈਮ 'ਚ ਫਾਈਲ ਨਹੀਂ ਕੀਤੀਆਂ ਪ੍ਰੋਸੀਕਿਊਸ਼ਨ ਵੀ ਜਦ ਕੋਈ ਇੰਟੈਂਟ ਹੀ ਨਹੀਂ ਸੀਗੀ ਪ੍ਰੋਸੀਕਿਊਟ ਕਰਨ ਦੀ ਤੇ ਪ੍ਰੋਸੀਕਿਊਸ਼ਨ ਤਾਂ ਨੈਚੁਰਲੀ ਵੀਕ ਹੋਣੀ ਹੋਈ ਸੀਗੀ ਤੇ ਅਲਟੀਮੇਟਲੀ ਕੋਰਟ ਆਫ ਲਾ ਸਿਰਫ ਸਬੂਤ ਤੇ ਸਟਰੋਂਗ ਕੇਸ ਰੈਕਗਨਾਈਜ਼ ਕਰਦੀ ਹੈ ਇਸ ਮੌਕੇ ਤੇ ਇੱਕ ਇਹੋ ਜਿਹੇ ਬੰਦੇ ਦਾ ਨੋ ਲਾਣਾ ਬਹੁਤ ਜ਼ਰੂਰੀ ਹੈ ਉਹ ਸੀਨੀਅਰ ਐਡਵੋਕੇਟ ਫੂਲਕਾ ਉਹਨਾਂ ਨੇ ਸਿੰਗਲ ਹੈਂਡੈਡਲੀ ਇਸ ਕੇਸ ਨੂੰ ਕਿੰਨੇ ਲੋਕਾਂ ਦੀ ਅਬਸolutely ਮਤਲਬ ਇਹ ਇਹ ਬੰਦਾ ਮਤਲਬ ਹੀ ਮਸਟ ਹੈਵ ਬੀਨ ਐਟ ਦਟ ਟਾਈਮ ਇਨ ਹਿਸ ਮਿਡ 20ਸ ਤੇ ਅੱਜ ਅੱਜ ਤੱਕ ਉਹ ਉਹਨਾਂ ਦੀ ਕੋਸ਼ਿਸ਼ ਜਾ ਰਹੀ ਹੈ ਕਿ ਉਹ ਕੇਸਸ ਨੂੰ ਸਹੀ ਅੰਜਾਮ ਦਿੱਤਾ ਜਾਵੇ ਤੁਹਾਡਾ ਬਚਪਨ ਗੁਜ਼ਰਿਆ ਤੁਸੀਂ ਪੜੇ ਲਿਖੇ ਤੇ ਫਿਰ ਤੁਸੀਂ ਇਹ ਬਿਊਟੀ ਕੰਟੈਸਟ ਵਿੱਚ ਕਿਦਾਂ ਪਹੁੰਚੇ ਮੈਂ ਬਹੁਤ ਸਾਰੇ ਚੀਜ਼ਾਂ ਕਰ ਰਹੀ ਸੀਗੀ ਤੇ ਮੈਨੂੰ ਲੱਗਿਆ ਕਿ ਬਿਊਟੀ ਕੰਟੈਸਟ ਵੀ ਐਂਡਰ ਕਿਉਂ ਨਾ ਕੀਤਾ ਜਾਵੇ ਤੇ ਜਿਸ ਟਾਈਮ ਤੇ ਮੈਂ ਮਿਸ ਇੰਡੀਆ ਚ ਪਾਰਗਲੈਂਡ ਦਾ ਡਿਸੀਸ਼ਨ ਲਿੱਤਾ 1999 ਵਿੱਚ 98 ਡਿਸੀਸ਼ਨ ਲਿੱਤਾ ਤੇ ਕੰਟੈਸਟ ਜਾ ਕੇ ਜਨਵਰੀ 99 ਚ ਹੋਇਆ ਤੇ ਮੈਂ ਸੈਕੰਡ ইয়ার ਕਾਲਜ ਦੇ ਐਗਜ਼ਾਮ ਦੇ ਕੇ ਹੀ ਹਟੀ ਸੀ ਤੇ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਇਹ ਮੈਂ ਇਸ ਚ ਐਂਟਰੀ ਕਰਕੇ ਦੇਖਣੀ ਹੈ ਕਹਿੰਦੇ ਠੀਕ ਹੈ ਕਰ ਲੈ ਦੀ ਮਰਜ਼ੀ ਹੈ ਉਸ ਟਾਈਮ ਤੇ ਮੈਂ ਪਟਿਆਲਾ ਜੀਸੀਜੀ ਚ ਪੜ ਰਹੀ ਸੀ ਸੋ ਤੁਹਾਡੇ ਪੇਰੈਂਟਸ ਬਿਲਕੁਲ ਕਨਜ਼ਰਵੇਟਿਵ ਆ ਮੇਰੇ ਪੇਰੈਂਟਸ ਨੋਰਮਲ ਪੇਰੈਂਟਸ ਹੈ ਮਤਲਬ ਨੋਰਮਲ ਦੇ ਬਹੁਤ ਅਡਰਡ ਕਨਟੈਂਸ਼ਸ ਹੁੰਦੇ ਆ ਪੰਜਾਬ ਚ ਪਰ ਉਹਨਾਂ ਨੂੰ ਲੱਗਿਆ ਕਿ ਸਾਡੀ ਬੇਟੀ ਜੇ ਕੁਝ ਕਰਨਾ ਚਾਹੁੰਦੀ ਹੈ ਅਸੀਂ ਉਹਨੂੰ ਰੋਕ ਲੈਣੀ ਚਾਹੁੰਦੇ ਮੇਰੇ ਪੁਆਇੰਟ ਆਫ View ਤੋਂ ਕਦੇ ਇਹ ਨਹੀਂ ਸੀ ਕਿ ਮੈਂ ਇਹੀ ਕਰਨਾ ਹੈ ਇਹ ਮੇਰੀ ਲਾਈਫ ਹੈ ਮੇਰੀ ਜ਼ਿੰਦਗੀ ਹੈ ਬਸ ਮੈਂ ਇੱਥੇ ਜਾ ਕੇ ਖੜ ਜਾਣਾ ਹੈ ਮੈਨੂੰ ਕਿਸੇ ਨੇ ਪੁੱਛਿਆ ਸੀਗਾ ਜਿੱਤਣੋਂ ਤੋਂ ਕੁਝ ਦਿਨਾਂ ਬਾਅਦ ਕਿ ਹੋਂਦੂ ਸੀ ਮਤਲਬ ਕੀ ਚਾਹਨੇ ਹੋ ਆਫ ਦਿ ਲਾਈਫ ਤਾਂ ਮੈਂ ਕਿਹਾ ਮੈਂ ਚਾਹਨੀ ਹੈ ਕਿ ਜਦ 15 20 30 ਸਾਲਾਂ ਬਾਅਦ ਮੈਂ ਪਿੱਛੇ ਦੇਖਾਂ ਪਲਟ ਕੇ ਤੇ ਮੈਨੂੰ ਲੱਗੇ ਕਿ ਉਹ ਚੀਜ਼ ਮੈਂ ਇੱਕ ਕੀਤੀ ਸੀ ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਮਾਇਸ ਹੋਣਾ ਹੋਵੇ ਉਸ ਤੋਂ ਬਾਅਦ ਜਿਹੜਾ ਮੂਵੀਜ਼ ਤੁਸੀਂ ਆਏ ਨੈਚੁਰਲ ਪ੍ਰੋਗਰੈਸ਼ਨ ਸੀ ਕਿ ਨਹੀਂ ਐਕਚੁਅਲੀ ਮੈਨੂੰ ਮੂਵੀਜ਼ ਚ ਇੰਟਰਸਟ ਘੱਟ ਸੀਗਾ ਮੈਂ ਬ੍ਰਾਡਕਾਸਟ ਜਰਨਲਿਜ਼ਮ ਚ ਆਪਣੇ ਆਪ ਨੂੰ ਸਾਰਟ ਆਫ ਦੇਖਦੀ ਸੀ ਕਿ ਮੈਂ ਇੱਕ ਦਿਨ ਬਰਖਾਦਤ ਵਰਗੀ ਜਰਨਲਿਸਟ ਬੰਨਾ ਚਾਹਨੀ ਆ ਤੇ ਮਿਸ ਇੰਡੀਆ ਦਾ ਖਿਤਾਬ ਜਿੱਤਣ ਤੋਂ ਬਾਅਦ ਮੈਂ ਪਹਿਲਾਂ ਤਾਂ ਆਪਣੀ এডਿਕੇਸ਼ਨ ਕੰਪਲੀਟ ਕੀਤੀ ਤੇ ਫਿਰ ਥੋੜਾ ਬਹੁਤ ਥੀਏਟਰ ਬੈਕਗਰਾਉਂਡ ਸੀਗਾ ਤੇ ਜਿਸ ਤਰੀਕੇ ਦੇ ਆਫਰਸ ਮੈਨੂੰ ਆ ਰਹੇ ਸੀਗੇ ਮੈਨੂੰ ਲੱਗਿਆ ਨਹੀਂ ਕਿ ਇਹ ਮੇਰੇ ਮੇਰੇ ਵਰਗੇ ਵਾਸਤੇ ਬਣੀ ਹੈ ਇੰਡਸਟਰੀ ਕਿਉਂਕਿ ਮੈਨੂੰ ਹਮੇਸ਼ਾ ਟੈਲੀਵਿਜ਼ਨ ਚ ਬਹੁਤ ਰੁਚੀ ਸੀਗੀ ਬ੍ਰਾਡਕਾਸਟ ਜਰਨਲਿਜ਼ਮ ਚ ਬਹੁਤ ਇੰਟਰਸਟ ਸੀਗਾ ਤੇ ਮੈਨੂੰ ਇੱਕ ਓਪਰਚੁਨਿਟੀ ਮਿਲੀ ਇੱਕ ਡਾਕੂਮੈਂਟਰੀ ਬੇਸਡ ਸ਼ੋਅ ਹੋਸਟ ਕਰਨ ਦੀ ਜੀਟੀਵੀ ਲਈ ਆਮੀ ਆਮੀ ਦੀ ਲਾਈਫ ਤੇ ਉਹ ਉਹਦਾ ਮਕਸਦ ਸੀਗਾ ਕਿ ਫੌਜ ਦੀ ਲਾਈਫ ਇੱਕ ਕਾਰਗਿਲ ਦੇ ਬਾਅਦ ਦੀ ਗੱਲ ਹੈ ਫੌਜ ਦੀ ਲਾਈਫ ਲੜਾਈ ਤੋਂ ਬਾਅਦ ਵੀ ਸੌਖੀ ਨਹੀਂ ਹੁੰਦੀ ਲੋਕਾਂ ਨੂੰ ਲੱਗਦਾ ਹੈ ਕਿ ਫੌਜ ਦੀ ਜਿਹ ਲਾਈਫ ਹੈ ਮਤਲਬ ਜੇ ਲੜਾਈ ਨਹੀਂ ਹੋ ਰਹੀ ਤਾਂ ਐਸ਼ ਕਰ ਰਹੇ ਹੁੰਦੇ ਆ ਸਾਰੇ ਫੌਜੀ ਪਰ ਇਹ ਜਿਹੜਾ ਜੇ ਡਾਕੂਮੈਂਟਰੀ ਬੇਸਡ ਸ਼ੋਅ ਸੀਗਾ ਉਦੀ ਉਹ ਦਾ ਪਰਪਸ ਇਹ ਸੀ ਕਿ ਅਸੀਂ ਹਾਈਲਾਈਟ ਕਰੀਏ ਕਿ ਇਟ ਵਾਸ ਵੈਰੀ ক্লোਜ਼ ਟੂ ਮਹਾਤਮੇ ਮੈਨੂੰ ਬਹੁਤ ਚੰਗਾ ਲੱਗਿਆ ਗਟ ਟੂ ਗੋ ਟੂ ਐਚ ਇੰਗਲੇਸ਼ੀਅਰ ਐਂਡ 올 ਪਾਰਟਸ ਆਫ ਇੰਡੀਆ ਟੂ ਸਪੀਕ ਟੂ ਪੀਪਲ ਜਿਹੜੇ ਇੰਨੀ ਡਿਫਿਕਲ ਕੰਡੀਸ਼ਨ ਸਰਵ ਕਰ ਰਹੇ ਨੇ ਫਿਰ ਉਦੋਂ ਬਾਅਦ ਮੈਂ ਇੱਕ ਇੱਕ ਲਾਈਫ ਸਟਾਈਲ ਸ਼ੋਅ ਹੋਸਟ ਕੀਤਾ ਫਿਰ ਮੈਂ ਇੱਕ ਟਰੈਵਲ ਟਰੈਵਲ ਸ਼ੋ ਕੀਤਾ ਗੇਮ ਸ਼ੋ ਕੀਤਾ ਸੋ ਮੈਨੂੰ ਟੈਲੀਵਿਜ਼ਨ ਕਾਫੀ ਪਸੰਦ ਸੀਗਾ ਤੇ ਮੈਂ ਫਿਰ 2-3 ਸਾਲ ਟੈਲੀਵਿਜ਼ਨ ਕਰਕੇ ਲਗਿਆ ਕਿ ਬਸ ਹੁਣ ਨਹੀਂ ਹੋਰ ਹੋ ਸਕਦਾ ਕਿ ਜਿਵੇਂ ਕਹਿੰਦੇ ਹਰ ਕੁੜੀ ਚ ਇੱਕ ਕੀੜਾ ਹੁੰਦਾ ਹੈ ਮਿਸ ਇੰਡੀਆ ਬਣਨ ਦਾ ਤੇ ਐਕਟਰਸ ਬਣਨ ਦਾ ਕਈ ਲੋਗ ਉੱਪਰ ਦੀ ਖੁੱਲ ਕੇ ਕਹਿ ਸਕਦੇ ਆਂ ਕਈ ਲੋਗ ਫਿਰ ਚੁੱਪਚਾਪ ਪਿਰਨ ਨੇ ਕਿ ਲੋਕ ਕੀ ਕਹਿਣਗੇ ਸੋ ਮੇਰੇ ਚ ਵੀ ਕੀੜਾ ਸਿਗਾ ਫਿਲਮ ਦਾ ਲੇਕਿਨ ਉਤੋਂ ਪਹਿਲਾਂ ਇੱਕ ਇੰਟਰਸਟਿੰਗ ਮੋੜ ਆਇਆ ਮੇਰੀ ਲਾਈਫ ਚ ਮੈਂ ਡਿਸਾਈਡ ਕੀਤਾ ਕਿ ਬਹੁਤ ਹੋ ਗਿਆ ਹੁਣ ਮੈਂ ਜਾ ਕੇ ਪੜਨਾ ਤੇ ਫਿਰ ਮੈਂ ਅਪਲਾਈ ਕੀਤਾ ਮੈਨੇਜਮੈਂਟ ਵਾਸਤੇ ਮੈਨੇਜਮੈਂਟ ਮਾਸਟਰਸ ਵਾਸਤੇ ਟੂ ਅ ਵੈਰੀ ਪੈਸਟਿਜਿਅਸ ਸਕੂਲ ਕਾਲਡ ਕੇਲੌਗ ਇਨ ਅਮਰੀਕਾ ਤੇ ਜਿਹੜਾ ਮੇਰਾ ਸਬਜੈਕਟ ਸੀਗਾ ਮੈਨੇਜਮੈਂਟ ਦਾ दैट वाज ਰੇਡੀਓ ਟੈਲੀਵਿਜ਼ਨ ਐਂਡ ਫਿਲਮ ਤੇ ਸਭ ਕੁਝ ਹੋ ਗਿਆ ਸੀ ਮੈਂ ਜਾਣ ਲੱਗੀ ਸੀ ਤੇ ਜਾਣ ਤੋਂ 4 ਹਫ਼ਤੇ ਪਹਿਲਾਂ ਮੈਨੂੰ ਇੱਕ ਟੈਲੀਵਿਜ਼ਨ ਪ੍ਰੋਡਿਊਸਰ ਆ ਕੇ ਮਿਲੇ ਕਹਿੰਦੇ ਕਿ ਸਾਡਾ ਇਹ ਪ੍ਰੋਜੈਕਟ ਹੈ ਤੁਸੀਂ ਇਸ ਵਿੱਚ ਐਕਟ ਕਰੋ ਇੱਕ ਮੈਂ ਹੋਸਟ ਕਰ ਸਕਦੀ ਹਾਂ ਪ੍ਰੈਜ਼ੈਂਟਰ ਮੈਂ ਹੈ ਰਹਿ ਚੁੱਕੀ ਹਾਂ ਲੇਕਿਨ ਐਕਟਿੰਗ ਟੀਲੀਵਿਜ਼ਨ ਵਾਸਤੇ ਫॉर ਕੈਮਰਾ ਮੈਨੂੰ ਬਿਲਕੁਲ ਨਹੀਂ ਆਉਂਦੀ ਕਿਉਂਕਿ ਸਟੇਜ ਦੀ ਐਕਟਿੰਗ ਅਡ ਹੁੰਦੀ ਹੈ ਐਕਟਿੰਗ ਫॉर ਕੈਮਰਾ ਬਹੁਤ ਹੀ ਅਡ ਹੁੰਦੀ ਹੈ ਕਹਿੰਦੇ ਨਹੀਂ ਨਹੀਂ ਬਹੁਤ ਵਧੀਆ ਹੈ ਤੇ ਟਾਈਟਲ ਰੋਲ ਹੈ ਤੁਹਾਨੂੰ ਬਹੁਤ ਪਸੰਦ ਆਊਗਾ ਤੇ ਫਿਰ ਮੈਂ ਆਪਣੇ ਡੀਨ ਨੂੰ ਫੋਨ ਕੀਤਾ ਕਿ ਲੋਗ ਮੈਂ ਕਿਹਾ ਇਹ ਮੈਂ ਉਸ ਟਾਈਮ ਬਾਈਕਸ ਆਲ ਟੇਕਸ ਆਲ ਦੀ ਸੀ ਸ਼ਾਇਦ ਤੇ ਮੈਂ ਕਿਹਾ ਇਹ ਮੈਨੂੰ ਓਪਰਚ्युनिटी ਮਿਲ ਰਹੀ ਹੈ ਤੇ ਉਹ ਡੀਨ ਬਹੁਤ ਹੀ ਇੰਟਰਸਟਿੰਗ ਬੰਦਾ ਸੀ ਕਹਿੰਦਾ ਵੈਸੇ ਵੀ ਇਹ ਜਿਹੜਾ ਕੋਰਸ ਹੈ ਰੀਡੂ ਟੈਲੀਵਿਜ਼ਨ ਫਿਲਮ ਮੈਨੇਜਮੈਂਟ ਦਾ ਇਸ ਜਿਹੜੇ ਸਾਰੇ ਤੁਹਾਡਾ ਬੈਚ ਹੈ ਤੁਸੀਂ ਸਭ ਤੋਂ ਯੰਗੇਸਟ ਹੋ ਸਭ ਲੋਕ ਜਿਹੜੇ ਆਏ ਆਲਰੇਡੀ 4-4 ਸਾਲ ਐਨਬੀਸੀਸ ਜਗ੍ਹਾ ਵਗੈਰਾ ਐਕਸਪੀਰੀਅੰਸ ਕਰਕੇ ਆਏ ਆ ਤੇ ਤੁਸੀਂ ਤਾਂ ਆਲਰੇਡੀ ਕਾਫੀ ਯੰਗ ਹੋ ਸੋ ਤੁਸੀਂ ਤੁਸੀਂ ਜਾਓ ਟੇਕ ਅ ਇਅਰ ਔਰ ਟੂ ਐਂਡ ਕਮ ਬੈਕ ਅਗੇਨ ਵੀ ਵਿਲ ਐਕਸੈਪਟ ਯੂ ਅਗੇਨ ਯੂ ਆਲਰੇਡੀ ਕੁਆਲੀਫਾਈਡ ਸੋ ਇਹ ਸੋਚ ਕੇ ਮੈਂ ਇੱਕ ਟੈਲੀਵਿਜ਼ਨ ਸੀਰੀਜ਼ ਕੀਤੀ ਜਿਵੇਂ ਹੁਣ ਅੱਜਕੱਲ੍ਹ ਦੁਆਰਾ ਸ਼ੁਰੂ ਹੋਈਆਂ ਨੇ 24 26 ਐਪੀਸੋਡ ਦੀ ਤੇ ਉਹਦਾ ਨਾਮ ਸੀ ਕਸ਼ਮੀਰ ਮੈਨੂੰ ਉਹ ਸੀਰੀਜ਼ ਚ ਚੱਲਿਆ ਪਤਾ ਕਿ ਐਕਟਿੰਗ ਫॉर ਕੈਮਰਾ ਕਿਹੜੇ ਜਾਨਵਰ ਦਾ ਨੌ ਹੈ ਤੇ ਬਹੁਤ ਔਖਾ ਸੀ ਤੇ ਤੁਸੀਂ ਜਾਨਵਰ ਨੂੰ ਨਥ ਕਿੱਥੇ ਜਾ ਕੇ ਪਾਈ ਹੋਗੀ ਬੀਕੋਜ਼ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਥੀਏਟਰ ਥਰੋਂ ਅਡਾ ਵੱਡਾ ਸਟੇਜ ਹੈ ਉਹ ਵੀ ਥੋੜਾ ਬਹੁਤ ਐਕਸਪੀਰੀਅੰਸ ਹੈਗਾ ਥੀਏਟਰ ਮੈਂ ਨਹੀਂ ਇਸकी એનર્ਜੀ ਤਾਂ ਆਈ ਹੈ ਮੈਂ ਜਦੋਂ ਅਭੀ ਕਾਲਜ ਲੈਵਲ ਤੇ ਸੀਗਾ ਤੇ ਅਮ ਲੇਕਿਨ ਸਭ ਤੋਂ ਜਿਹੜੀ ਵੱਡੀ ਅਚੀਵਮੈਂਟ ਮੇਰੀ ਇਹ ਸੀ ਕਿ ਮੈਨੂੰ ਇੱਕ ਇਹੋ ਜਿਹੇ ਬੰਦੇ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੁਹੇਲ ਤਤਾਰੀ ਜਿਨ੍ਹਾਂ ਨੇ ਮੈਨੂੰ ਐਕਟਿੰਗ ਦਾ ਊੜਾ ਆੜਾ ਸਿਖਾਇਆ ਤੇ ਉਹਨਾਂ ਦੇ ਕਰਕੇ ਮੇਰੀ ਇੱਕ ਸਕੂਲ ਆਫ ਐਕਟਿੰਗ ਸ਼ੁਰੂਆਤ ਹੋ ਗਈ ਕਿ ਇਸ ਟਾਈਪ ਦੀ ਮੈਨੂੰ ਫਿਲਮਾਂ ਕਰਨੀਆਂ ਨੇ ਜਾਂ ਫਿਰ ਇਸ ਟਾਈਪ ਦਾ ਪਰਫਾਰਮੈਂਸ ਜਿਹੜਾ ਜਿਹਨੂੰ ਕਹਿੰਦੇ ਸਕੂਲ ਆਫ ਰੀਅਲਿਸਟਿਕ ਸਕੂਲ ਆਫ ਐਕਟਿੰਗ ਤੇ ਉਸ ਉਸ ਤਰਫ ਮੇਰਾ ਇੱਕ ਬਹਾਵਜਾ ਸ਼ੁਰੂ ਹੋ ਗਿਆ ਤੇ ਫਿਰ ਉਦੇ ਦੌਰਾਨ ਉਹਦੇ ਪਹਿਲੇ 2-3 ਐਪੀਸੋਡ 에ਅਰ ਹੋਏ ਕਾਫੀ ਚਰਚਾ ਹੋਈ ਕਿ ਇੱਕ ਕੁੜੀ ਨੂੰ ਐਕਟਿੰਗ ਵੀ ਆਉਂਦੀ ਹੈ ਉਹਨੂੰ ਇਹ ਨਹੀਂ ਪਤਾ ਸੀ ਕਿ ਸੁਹੇਲ ਜ਼ਦਾਰੀ ਨੇ ਕਿੰਨਾ ਮੱਥਾ ਮਾਰ ਮਾਰ ਕੇ ਕਰਵਾਈ ਹੈ ਵੀ ਤੁਹਾਡੀ ਇੱਕ ਮੂਵੀ ਸੀ ਡੋਰ ਹਾਂਜੀ which uh, was very highly acclaimed ਜਿਹੜੀਆਂ ਫਿਲਮਾਂ ਹੁੰਦੀਆਂ ਜਿਹੜੀ ਡਿਸਰਨਿੰਗ ਆਡੀਅנס ਵਾਸਤੇ ਬਣਦੀਆਂ ਉਹਨਾਂ ਚੋਂ ਕਈ ਫਿਲਮਾਂ ਡੋਰ ਦੇ ਪੈਮਾਨੇ ਦੀਆਂ ਬਣ ਜਾਂਦੀਆਂ ਕਈ ਜਿਨ੍ਹਾਂ ਸ਼ਾਇਦ ਮੇਰੇ ਪਰਫਾਰਮੈਂਸ ਜਿਆਦਾ ਕ੍ਰਿਟੀਕਲੀ ਕਲੇਮ ਹੋਣ ਉਹ ਸ਼ਾਇਦ ਇੰਨੀ इजीली ਰੈਫਰੈਂਸ ਆਉਦੇ ਨਹੀਂ ਇਨ ਫੈਕਟ ਮਨੋਰਮਾ 6 ਸਪੀਡ ਅੰਡਰ ਇੱਕ ਬਿਹਤਰੀਨ ਫਿਲਮ ਸੀਗੀ ਜਿਹਦੇ ਸ਼ਾਇਦ ਜੇ ਰਿਵਿਊਜ਼ ਤੱਕ ਦੇਖਿਆ ਜਾਵੇ ਮੇਰੀ ਪਰਫਾਰਮੈਂਸ ਨੂੰ ਮੱਚ ਮੱਚ ਜ਼ਿਆਦਾ ਅਪਰੀਸ਼ੀਏਟ ਕੀਤਾ ਗਿਆ ਸੀ ਹਮ ਤੌਰ ਤੇ ਜਦੋਂ ਮੂਵੀ ਆਫਟਰ 올 ਕੈਪਰੀਹੈਂਸ਼ਨ ਹੈ ਹੁੰਦੀ ਹੈ ਕਿ ਬਾਲੀਵੁੱਡ ਵਿੱਚ ਇੱਕ ਕਾਸਟਿੰਗ ਕਾਊਚ ਬਹੁਤ ਹੈਗਾ ਹੁਣ ਤਾਂ ਜੀ ਮੀਡੀਆ 'ਚ ਵੀ ਹੈਗਾ ਹਰ ਜਗ੍ਹਾ ਹੈਗਾ ਮਤਲਬ ਕਿ ਬਾਲੀਵੁੱਡ ਦੇ ਪਿੱਛੇ ਕਿਉਂ ਪੈਨੇ ਹੋ ਨਹੀਂ ਕਿਉਂਕਿ ਆਮ ਤੌਰ ਤੇ ਕਿਉਂਕਿ ਉਹਦੇ ਤੇ ਅਸੀਂ ਆਵਾਂਗੇ ਹਾਂਜੀ ਬਟ ਕਿਉਂਕਿ ਬਹੁਤ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਸਾਰੇ ਹਿੰਦੁਸਤਾਨ ਤੋਂ ਬਹੁਤ ਯੰਗ ਕੁੜੀਆਂ ਐਸਪਾਇਰ ਕਰਦੀਆਂ ਐਂਡ you know they are they face this problem they is it that bad <laughs> main mandi hai ki uh, har industry ch eh jo ja log zarur rehnge jehda ਉਹ ਦੂਜਿਆਂ ਦਾ ਐਡਵਾਂਟੇਜ ਲੈ ਸਕਦੇ ਨੇ ਹੁਣ ਤੁਸੀਂ ਇਹ ਸਿਚੁਏਸ਼ਨ ਨੂੰ ਇੱਕ ਪੈਟਰੀਆਰਕਲ ਸੋਸਾਇਟੀ ਚ ਪਾ ਦਿਓ ਥੇਅਰ ਮੈਨ ਇਜ਼ ਔਨ ਟਾਪ ਆਫ ਥਿੰਗਸ ਸੋ ਇੱਕ ਪੈਟਰੀਆ ਹਾਈਲੀ ਪੈਟਰੀਆਰਕਲ ਸੋਸਾਇਟੀ ਚ ਤੁਸੀਂ ਇਹ ਵਰਡ ਬਹੁਤ ਯੂਜ਼ ਕਰਦੇ ਹੋ ਬਿਕਾਜ਼ ਇਟ ਇਜ਼ ਦ ਓਨਲੀ ਵੇ ਟੂ ਡਿਸਕ੍ਰਾਈਬ ਅ ਸੋਸਾਇਟੀ ਇੱਕ ਹਾਈਲੀ ਪੈਟਰੀਆਰਕਲ ਸੋਸਾਇਟੀ ਜੈਸ ਇਟ ਇਜ਼ ਇੱਕ ਔਰਤ ਦੀ ਕੀਮਤ ਨਹੀਂ ਹੈ ਹੁਣ ਜਦ ਉਹ ਲੱਗਦਾ ਹੈ ਕਿਸੇ ਬੰਦੇ ਨੂੰ ਜਿਹਨੂੰ ਜਿਹਦੇ ਹੱਥ ਚ ਪਾਵਰ ਹੈਗੀ ਕਿਸੇ ਦੀ ਲਾਈਫ ਬਣਾਉਣ ਦੀ ਉਹ ਕੁੜੀ ਨੂੰ ਇੱਕ ਕੰਡੀਸ਼ਨ ਦਿੰਦਾ ਹੈ ਕਿ ਦੇਖ ਭਈ ਇਹ ਕਰੇਗੀ ਤਾਂ ਤੈਨੂੰ ਕੰਮ ਮਿਲੇਗਾ ਉਹ ਓਪਰਚ्युनिटी ਉਹ ਕੁੜੀ ਨੂੰ ਮਿਲਦੀ ਹੈ ਹਰ ਬਾਰ ਹਰ ਕੁੜੀ ਨੂੰ ਇਨਕਾਰ ਕਰਨ ਦਾ ਮੌਕਾ ਮਿਲਦਾ ਹੈ ਕਦੇ ਤੁਹਾਨੂੰ ਕੋਈ ਗਨ ਯੂ ਫੇਸ ਸੱਚ ਚ ਚੈਲੰਜ ਮੈਨੂੰ ਇਹ ਵੀ ਲੱਗਦਾ ਹੈ ਕਿ ਜਿਹੜਾ ਕਾਸਟਿੰਗ ਕਾਊਚ ਵਾਲਾ ਬੰਦਾ ਹੈ ਉਹ ਸੋਚ ਕੇ ਅਪਰੋਚ ਕਰਦਾ ਹੈ ਮਤਲਬ ਮੇਰੇ ਵਰਗੇ ਬੰਦੇ ਨੂੰ ਅਪਰੋਚ ਕਰਨਾ ਕਾਫੀ ਔਖਾ ਹੈ ਇਸ ਇਸ ਸਬਜ ਉਹ ਤੁ ਜਿਹੜੀਆਂ ਕੁੜੀਆਂ ਜਾਣਾ ਚਾਹਦੀਆਂ ਉਹਨਾਂ ਲਈ ਕੋਈ ਐਡਵਾਈਸ ਹਿਸਟোরਿਕਲੀ ਔਰਤਾ ਨੇ ਹਮੇਸ਼ਾ ਆਪਣੀ ਬਿਊਟੀ ਯੂਜ਼ ਕੀਤੀ ਹੈ ਆਪਣੇ ਆਪਣੇ ਇੰਟਰਸਟ ਅੱਗੇ ਕਰਨ ਲਈ ਰਾਣੀਆਂ ਨੇ ਕੀਤੀ ਹੈ ਆਪਣੀ ਸੈਕਸ਼ੁਐਲਿਟੀ ਯੂਜ਼ ਕੀਤੀ ਹੈ ਜ਼ਿੰਦਗੀ ਚ ਪੋਲਿਟਿਕਸ ਚ ਹਰ ਚੀਜ਼ ਅੱਗੇ ਵਧਣ ਲਈ ਤੇ ਜਿਹੜੀਆਂ ਕੁੜੀਆਂ ਕਰਨ ਨੂੰ ਤਿਆਰ ਹੈ ਉਹ ਹਮੇਸ਼ਾ ਕਰਨਗੀਆਂ ਤੇ ਉਹ ਜੀ ਇਹ ਔਰਤਾਂ ਕੁੜੀਆਂ ਹਮੇਸ਼ਾ ਰਹਿਣਗੀਆਂ ਤੇ ਜਿਹੜੀ ਨਹੀਂ ਕਰਦੀਆਂ ਉਹ ਸ਼ਾਇਦ ਸਫਰ ਕਰਨਗੀਆਂ ਲੇਕਿਨ ਤੁਹਾਨੂੰ ਇੱਕ ਚੀਜ਼ ਦਾ ਆਈਡੀਆ ਹੋਣਾ ਚਾਹੀਦਾ ਹੈ ਕਿ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਤੁਸੀਂ ਉਹਦੇ ਵਾਸਤੇ ਕੀ ਕਿੰਨੀ ਪੇਮੈਂਟ ਜਾਂ ਕਿੰਨੀ ਸੈਕਰੀਫਾਈਸ ਕਰਨ ਨੂੰ ਤਿਆਰ ਹੋ ਤੇ ਫਿਰ ਬਾਕੀ ਤਾਂ ਕਾਮਨ ਸੈਂਸ ਤੇ ਲੌਜੀਕ ਹੀ ਹੈਗਾ ਤੁਸੀਂ ਇਸ ਤੋਂ ਬਾਅਦ ਹੁਣ ਰੀਸੈਂਟਲੀ ਇੱਕ ਪੰਜਾਬੀ ਫਿਲਮ ਵੀ ਟਰਾਈ ਕੀਤੀ ਸਿਕੰਦਰ ਸਰਸਾ ਜਨਾ ਨੌ ਸਿਕੰਦਰ ਬਾਜ ਕੀਤਾ ਗਿਆ ਸਿਕੰਦਰ ਕੀਤਾ ਗਿਆ ਕਿਹੋ ਜਿਹਾ ਸੀ ਐਕਸਪੀਰੀਅੰਸ ਸ਼ੂਟਿੰਗ ਦੇ ਦੌਰਾਨ ਦਾ ਐਕਸਪੀਰੀਅੰਸ ਬਹੁਤ ਚੰਗਾ ਸੀਗਾ ਇਨਫੈਕਟ ਸ਼ੂਟਿੰਗ ਸ਼ੁਰੂ ਹੋਣ ਦੇ ਹਫਤੇ ਇੱਕ ਬਾਅਦ ਦਾ ਪ੍ਰੋਡਿਊਸਰ ਸਾਇਬਾ ਤੇ ਮੈਂ ਤੇ ਇੱਕ ਜਾਣੇ ਮਾਣੇ ਡਿਸਟ੍ਰੀਬਿਊਟਰ ਪ੍ਰੋਡਿਊਸਰ ਗੌਰਵ ਤ੍ਰਿਹਾਨ ਇੱਕ ਪੈਨਲ ਤੇ ਡਿਸਕਸ਼ਨ ਤੇ ਆਏ ਜਿੱਥੇ ਥਰੀ ਵੈਰੀ ਇੰਟਰਸਟਿੰਗ ਪੁਆਇੰਟ ਆਫ 视图ਸ ਵਰ ਪੁਟ ਫਾਰਵਰਡ ਗੌਰਵ ਸਾਹਿਬ ਦਾ ਕਹਿਣਾ ਸੀਗਾ ਕਿ ਫਿਲਮ ਦਾ ਇੱਕੋ ਹੀ ਇੱਕ ਮਕਸਦ ਹੈ ਐਂਟਰਟੇਨਮੈਂਟ 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 ਬਰੂਸ ਸਹਾਇਬਾ ਪੁਰਬਵਾਰ ਕਹਿੰਦੇ ਕਿ ਫਿਲਮਾਂ ਦਾ ਇੱਕੋ ਇੱਕ ਮਕਸਦ ਹੈ ਮੈਸੇਜ 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 ਤੇ ਮੇਰਾ ਪੁਆਇੰਟ ਆਫ 뷰 ਹੈਗਾ ਕਿ ਅਲਟੀਮੇਟਲੀ ਫਿਲਮਾਂ ਦਾ ਕੰਮ ਤਾਂ ਐਂਟਰਟੇਨਮੈਂਟ ਹੀ ਹੈਗਾ ਲੇਕਿਨ ਐਂਟਰਟੇਨਮੈਂਟ ਦੇ ਪ੍ਰੋਸੈਸ ਚ ਜੇ ਉਹ ਤੁਹਾਨੂੰ ਸੋਚਣ ਚ ਮਜਬੂਰ ਕਰ ਦੇਣ ਜਾਂ ਫੇ ਕੋਈ ਮੈਸੇਜ ਦੇ ਸਕਣ ਚੰਗੀ ਗੱਲ ਹੈ ਇਹ ਇਸ ਇਸ ਮੂਡ ਦੇ ਫਿਲਮ ਸ਼ੁਰੂ ਹੋਈ ਜਦ ਫਿਲਮ ਰਿਲੀਜ਼ ਹੋਈ ਅਮ ਸ਼ੇਅਰ ਸੈਂਟੀਮੈਂਟਸ ਬਦਲ ਗਏ ਸੀ ਲੋਕਾਂ ਦੇ ਤੇ ਇੰਟਰਸਟਿੰਗਲੀ ਫਿਲਮ ਰਿਲੀਜ਼ ਗੌਰਵ ਤ੍ਰਿਹੰਦ ਸਾਹਿਬ ਨੇ ਕੀਤੀ ਪ੍ਰੋਡਿਊਸਰ ਸਾਹਿਬ ਨਾਲ ਮਿਲ ਕੇ ਸੋ ਜਦ ਕੰਪਲੀਟਲੀ ਡਿਫਰੈਂਟ ਪੁਆਇੰਟਸ ਆਫ View ਮਿਲਦੇ ਨੇ ਤੇ ਜਿਹੜੀ ਫਿਲਮ ਇੱਕ ਤਰੀਕੇ ਨਾਲ ਸੀਗੀ ਜਿਹੜੀ ਸ਼ੁਰੂ ਹੁੰਦੀ ਹੈ ਤੇ ਜਦ ਫਿਰ ਇੱਕ ਅਡ ਸੈਂਸਿਬਿਲਟੀ ਨਾਲ ਜੁੜ ਜਾਂਦੀ ਹੈ ਸੋ ਥਿੰਗਸ ਕਦੇ-ਕਦੇ ਥੋੜੀ ਜੀਆਂ ਅ ਅਡ ਰੁਖ ਫੜ ਲੈਣੀ ਹੈ ਸੋ ਤੁਸੀਂ ਮੁੜ ਕੇ ਯੂਰ ਓਪਨ ਕਿ ਪੰਜਾਬੀ movies ਕਿ ਮੈਂ ਹਮੇਸ਼ਾ ਓਪਨ ਰਹਿਣੀ ਹੈ ਇੰਟਰਸਟਿੰਗ ਚੀਜ਼ਾਂ ਲਈ ਇੰਟਰਸਟਿੰਗ ਆਈਡੀਆਜ਼ ਲਈ ਇੰਟਰਸਟਿੰਗ ਸਕ੍ਰਿਪਟਸ ਲਈ ਉਹ ਪੰਜਾਬੀ ਚ ਹੋਣ ਅੰਗਰੇਜ਼ੀ ਚ ਹੋਣ ਹਿੰਦੀ ਚ ਹੋਣ ਮੈਨੂੰ ਉਹ ਸੈਕੰਡਰੀ ਤੁਸੀਂ ਇੱਕ ਹੋਰ ਵੀ ਸ਼ੌਕ ਰੱਖਦੇ ਹੋ ਪਹਾੜ ਚੜਦਾ ਮੋਟਰਸਾਈਕਲ ਤੇ ਘੁੰਮਣਾ ਕਿਤੇ ਜੀਪ ਲੈ ਕੇ ਘੁੰਮਣ ਚਲੇ ਗਏ ਮੈਨੂੰ ਲੱਗਦਾ ਹੈ ਕਿ ਇੱਕ ਪੂਰਾ ਕੰਪਲੀਟ ਪਰਸਨੈਲਿਟੀ ਹੋਣ ਲਈ ਤੁਹਾਡੇ ਕੋਲ ਇੰਟਰਸਟ ਹੋਣੇ ਚਾਹੀਦੇ ਆਂ ਆਪਾਂ ਜੇ ਸਕੂਲ 'ਚ ਹੁੰਨੇ ਆਪਾਂ ਨੂੰ ਇਨਕਰੇਜ ਕੀਤਾ ਜਾਂਦਾ ਹੈ ਤੁਹਾਡੀਆਂ ਹੌਬੀਜ਼ ਕੀ ਆਂ ਹੌਬੀਜ਼ ਡਿਵੈਲਪ ਕਰੋ ਪਰ ਕਿਉਂ ਸਾਡੀ ਸੋਸਾਇਟੀ ਹੈ ਇਹੋ ਜਿਹੀ ਹੈ ਕਿ ਤੁਸੀਂ ਅਡਲਟ ਹੋ ਜਾਂਦੇ ਹੋ ਤੇ ਜਦ ਤੁਸੀਂ ਨੌਕਰੀ ਕਰਨੀ ਸ਼ੁਰੂ ਕਰ ਦਿੰਦੇ ਹੋ ਤੁਹਾਨੂੰ ਇੱਕੋ ਇੱਕ ਚੀਜ਼ ਇਨਕਰੇਜ ਕੀਤੀ ਜਾਂਦੀ ਹੈ ਕਿ ਜਾਓ ਆਪਣਾ ਕੰਮ ਕਰੋ ਤੇ ਘਰ ਆ ਜਾਓ ਤੇ ਮੇਰੇ ਇੰਟਰਸਟ ਹੋਰ ਨੇ ਮੇਰੇ ਸ਼ੌਕ ਹੈਗੇ ਤੇ ਕਿਉਂ ਮੈਂ ਉਹਨਾਂ ਨੂੰ ਐਕਸਪਲੋਰ ਨਾ ਕਰਾਂ ਇਹਦਾ ਜਵਾਬ ਮੈਨੂੰ ਹਾਲ ਤੱਕ ਮਿਲਿਆ ਨਹੀਂ ਕਿ ਤੁਸੀਂ ਐਕਟਿਵਿਜ਼ਮ ਵੱਲ ਆ ਗਏ ਹੋ ਹਾਂਜੀ ਕਾਫੀ ਐਕਟਿਵ ਐਕਟਿਵਿਜ਼ਮ ਤੁਸੀਂ ਕਰਦੇ ਹੋ ਔਨ ਵੇਰੀਅਸ ਇਸ਼ੂਜ਼ ਇੱਕ ਕਦੋਂ ਕਿ ਤੁਹਾਡਾ ਇਹ ਇਧਰ ਰੁਝਾਨ ਹੋਇਆ ਰੁਝਾਨ ਤਾਂ ਸ਼ਾਇਦ ਸ਼ੁਰੂ ਤੋਂ ਹੀ ਸੀਗਾ ਪਰ ਲੋਕਾਂ ਨੂੰ ਲੱਗਿਆ ਕਿ ਸ਼ਾਇਦ 20 ਸਾਲ ਦੀ ਕੁੜੀ ਜੇ ਕਿਸੇ ਮੁੱਦੇ ਤੇ ਗੱਲ ਕਰੇਗੀ ਤੇ ਉਹਦੀ ਸ਼ਾਇਦ ਨੌਲੇਜ ਘੱਟ ਹੋਏਗੀ ਜਾਂ ਫਿਰ ਉਹਨੂੰ ਸੀਰੀਅਸਲੀ ਨਹੀਂ ਲਿੱਤਾ ਜਾ ਸਕਦਾ ਪਰ ਮੇਰਾ ਇਹ ਮੰਨਣਾ ਹੈ ਜਿਹੜੀ ਚੇਂਜ ਆਪਾਂ ਸਮਾਜ ਵਿੱਚ ਕਹਿੰਦੇ ਆ ਜਿਹੜੀ ਸੋਸਾਇਟੀ ਚੇਂਜ ਕਹਿੰਦੇ ਆ ਉਹ ਓਵਰਨਾਈਟ ਨਹੀਂ ਆ ਸਕਦੀ ਚੇਂਜ ਦਾ ਆਉਣ ਤੋਂ ਪਹਿਲਾਂ ਉਹਦੇ ਬਾਰੇ ਗੱਲਬਾਤ ਹੋਣੀ ਚਾਹੀਦੀ ਹੈ ਵਾਦ-ਵਾਦ ਹੋਣਾ ਚਾਹੀਦਾ ਹੈ ਡਿਸਕਸ਼ਨ ਹੋਣੀ ਚਾਹੀਦੀ ਹੈ ਕ੍ਰਿਟਿਕਸ ਕਹਿੰਦੇ ਕਿ ਗੁਲਪਨਾ ਇਹ ਪਬਲਿਸਿਟੀ ਲਈ ਕਰਦੀ ਹੈ ਅੱਛਾ ਸੱਚੀ ਤੇ ਉਹਨਾਂ ਨੂੰ ਫਿਰ ਉਹ ਓਪੀਨੀਅਨ ਮੁਬਾਰਕ ਹੋਵੇ ਮੈਂ ਕੀ ਕਹਿ ਸਕਦੀ ਹਾਂ ਯਾਉ ਯਾ ਉਹ ਕਹਿੰਦੇ ਨੇ ਕਿ ਅ ਇਨਾ ਸਕਸੈਸਫੁਲ ਫਿਲਮ ਕੈਰੀਅਰ ਨਹੀਂ ਹੋਇਆ ਤੇ ਐਸ ਲਈ ਐਕਟਿਵਿਜ਼ਮ ਵੱਲ ਆ ਗਏ ਦੇਖੋ ਜੀ ਮੇਰਾ ਇਹ ਮੰਨਣਾ ਹੈ ਕਿ ਲੋਕ ਤਾਂ ਬਹੁਤ ਕੁਝ ਕਹਿਣਗੇ ਤੇ ਨਾ ਮੈਂ ਅਜ ਤੱਕ ਕ੍ਰਿਟਿਕਸ गल सुनिया ने या ना मेरी अगे तो इंटेंशन है सुनने की थोनों तो बहुत से लोग यह मिलने जो थोड़ू तो कहे कि यह तो आ कर रही है ये आ कर रही है तुम कि कर रहे हो बैठ के कुर्सियाँ क्रिटिसाइज़ तो इलावा पॉइंट यह हैगा कि जब दुनिया पिछे देखूगी तो यह सवाल करूगी कि तीता इनकलाब हिस्सा बने से या, या कुर्सिया बैठ के खीखी कि इतिहास जब जा लिखा जाएगा क्या तुम उन्होंने गिने जाओगे जो जहाँ ने कुछ किया अपनी आवाज़ उठाई या फिर तीस उन्होंने चुं गिने जाओगे जो दूर तो बैठ के सेफ डिस्टेंस तो वह कर टॉक कर दे मेरा यह मनना मैं जरूर कर दें मैं अज तक यह कोई चीज़ नहीं की जिड़े जि जिदे बारे मैं अपने आप अपने आप दजरें चु गिर गिर सका या गिर जाव ਤੇ ਹੋਪਫੁਲੀ ਇਹੋ ਜਿਹਾ ਮੌਕਾ ਨਾ ਮਿਲੂ ਮਿਲੇ ਲਾਈਵ ਚ ਕਿ ਮੈਨੂੰ ਆਪਣੀ ਆਪਣੀ ਨਜ਼ਰਾਂ ਚ ਸਪਰ ਜੋ ਤੁਸੀਂ ਤੁਸੀਂ ਟਵੀਟ ਬਹੁਤ ਕਰਦੇ ਹੋ ਹਾਂਜੀ ਤੇ ਉਹਦੇ ਪਿੱਛੇ ਕੋਈ ਰੀਜ਼ਨ ਉਹਦੇ ਪਿੱਛੇ ਰੀਜ਼ਨ ਹੈ ਕਿ ਜਦ ਤੁਸੀਂ ਇੱਕ ਪਬਲਿਕ ਸਪੇਸ ਹੁੰਨੇ ਹੋ ਤੁਹਾਡੀ 1 ਡਾਈਮੈਂਸ਼ਨਲ ਪਰਸਨੈਲਿਟੀ ਬਣ ਜਾਂਦੀ ਹੈ ਪਰਸਨੈਲਿਟੀ ਇਹੋ ਜੀ ਹੁੰਦੀ ਹੈ ਕਿ ਇਹ ਤਾਂ ਬਸ ਐਕਟਰਸ ਹੀ ਹੈ ਇਹ ਤਾਂ ਬਸ अनसक्सैसफुल uh, एक्ट्री है ये तो बस आई है एक स्टीरोटिपिफिकेशन हो जाती क्योंकि सासायटी मल्टी फैसिड परसनिटीज इनकरेज नहीं करती सासायटी नॉन कन्फोमस इनकरेज नहीं करती असी चाहते यही कि कोई यह चीज़ ना करो कि ती स्ट हो जाओ मतलब क्राउड चो ब्लेंड करो मतलब सब जो बाकी करते उ करो जिमें असी बकरी हैं या भेड़ है बट so, ਜੋ ਤੁਸੀਂ ਐਕਸਪ੍ਰੈਸ ਕਰਨਾ ਚਾਹੁੰਦੇ ਹੋ ਆਪਣੇ ਆਪ ਨੂੰ ਤੁਹਾਡੇ ਕੋਲ ਆਪਸ਼ਨਸ ਕੀ ਨੇ ਜਾਂ ਤਾਂ ਤੁਸੀਂ ਬਲੌਗ ਲਿਖੋ ਆਈ ਡੂ ਥੈਟ ਜਾਂ ਫਿਰ ਤੁਸੀਂ ਵੇਟ ਕਰੋਗੇ ਕੋਈ ਵਧੀਆ ਜਿਹਾ ਜਰਨਲਿਸਟ ਨੂੰ ਸਵਾਲ ਪੁੱਛੂਗਾ ਤੇ ਬਿਨਾ ਅਜੰਡਾ ਦੇ ਆਰਟੀਕਲ ਲਿਖੂਗਾ ਉਹ ਵੀ ਘੱਟ ਹੀ ਹੁੰਦਾ ਹੈ ਮਾਈਕਰੋ ਬਲੌਗਿੰਗ 4 ਸਾਲ ਪਹਿਲਾਂ ਮੈਂ ਸ਼ੁਰੂ ਕੀਤੀ ਸੀ 5 ਸਾਲ ਪਹਿਲਾਂ 4 ਸਾਲ ਪਹਿਲਾਂ ਤੇ ਮੈਨੂੰ ਲੱਗਿਆ ਕਿ ਇਹ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਮੈਂ ਕੁਝ ਵੀ ਕਹਿ ਸਕਦੀ ਹਾਂ ਤੇ ਅੱਜ ਉਹਦੇ ਕਰਕੇ ਲੋਕ ਮੈਨੂੰ ਲੋਕਾਂ ਨੂੰ ਲੱਗਦਾ ਹੈ ਕਿ ਇਸ 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 ਪਰਸਨ ਸੋ ਇਟ ਟ੍ਰਾਂਸਲੇਟ ਸੋ ਕਦੀ ਮੈਜ਼ਰ ਕੀਤਾ ਹੈ ਕਿ ਕਿਦਾਂ ਇਹ ਟ੍ਰਾਂਸਲੇਟ ਕਰਦਾ ਹੈ ਜਾਂ ਮੈਨੀਫੈਸਟ ਕਰਦਾ ਹੈ ਇਹ ਕਿਸੇ ਨੂੰ ਅਸਰ ਕੋਈ ਅਸਰ ਮੈਨੂੰ ਕਦੀ ਮੈਨੂੰ ਰਿਪੋਰਟਸ ਆਦੀ ਰਹਿੰਦੀ ਹੈ ਕਦੇ ਕਦੇ ਮੋਸਟ ਇਨਫਲੂਐਂਸ਼ੀਅਲ ਪਰਸਨ ਔਨ ਸੋਸ਼ਲ ਮੀਡੀਆ ਮੋਸਟ ਇਨਫਲੂਐਂਸ਼ੀਅਲ ਪਰਸਨ ਹੇਅਰ ਮੋਸਟ ਇਨਫਲੂਐਂਸ਼ੀਅਲ ਪਰਸਨ ਥੇਰ ਸੋ ਕਾਫੀ ਇੰਪੈਕਟ ਤਾਂ ਹੁੰਦਾ ਹੈ ਮੈਂ ਤੁਸੀਂ ਦੇਖੋ ਜੇ ਅ ਜਿਹੜਾ ਤਹਿਲਕਾ ਜਿਹੜਾ ਹੋ ਰਿਹਾ ਹੈਗਾ ਇਹਦਾ ਤਾਂ ਮੇਰਾ ਅਗਲਾ ਸਵਾਲ ਸੀਗਾ ਕਿ ਜੀ ਸੋਸ਼ਲ ਮੀਡੀਆ ਨਾ ਹੁੰਦਾ ਤੇ ਇਹ they said to opinion kiya about opinion ki je ja, dekho ji uh, uh, har banda uh, uh, answerable uh, apne aap nu no hai par jad tusi legality di line cross karde ho then you are not just answerable to yourself and it's not just about the lacerations of your own penis as he has written in his state i feel uh, when you cross the line and somebody is willing to press charges then you should be ready to face the music je ja tusi innu no bade context dekhde ho ki a e society jehdi patriarchy te misogyny ch steeped hai ਜਦ ਤੱਕ ਲੋਕਾਂ ਨੂੰ ਇਹ ਨਹੀਂ ਲੱਗੂਗਾ ਕਿ ਜਿਹੜੀ ਜਿਹਨੂੰ ਇੱਕ ਹਿੰਦੀ ਚ ਟਰਮ ਹੈ ਪੁਰਸ਼ ਪ੍ਰਧਾਨ ਸੋਚ ਜਿਹਦਾ ਇੱਕ ਲੂਜ਼ ਟਰਾਂਸਲੇਸ਼ਨ ਹੈ ਪੈਟਰੀਆਰਕੀ ਦੀ ਜਦ ਤੱਕ ਇਹ ਚੈਲੰਜ ਨਹੀਂ ਹੋਊਗੀ ਔਰਤਾਂ ਨਾਲ ਤਾਂ ਇਹ ਹੋਣਾ ਹੀ ਹੋਣਾ ਹੀ ਹੋਣਾ ਹੈ ਇੱਕ ਮੈਂ ਕਿਤੇ ਪੜ ਰਿਆ ਸੀਗਾ ਕਿ ਜਿਹੜਾ ਤੁਸੀਂ ਰੇਖਾ ਬਾਰੇ ਕਮੈਂਟ ਦਿੱਤਾ ਸੀ ਵੈਨ ਹੀ ਵਾਸ ਨੋਮੀਨੇਟਡ ਟੂ ਦਾ ਰਾਜ ਸਭਾ ਬਰੀ ਐਬਸੈਟ ਯੈਸ ਤੇ ਵਾਈ ਕਿ ਰੇਖਾ ਨੂੰ ਕਿਉਂ ਨਹੀਂ ਨੋਮੀਨੇਟ ਕੀਤਾ ਜਾਣਾ ਚਾਹੀਦਾ ਸੀ ਮੇਰਾ 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 ਐਂਗਲ ਜਿਹੜਾ ਅ ਸਿਗਾ ਉਹ ਇਹ ਸੀ ਕਿ ਜਿਹੜੇ ਰਾਜ ਸਭਾ ਇਸ ਦਾ ਅਪਰ ਹਾਊਸ ਉਹਦੇ ਲੋਕ ਨੋਮਿਨੇਟ ਕੀਤੇ ਜਾਂਦੇ ਆ ਦੇ ਡਨ ਫॉर देयर ਅਚੀਵਮੈਂਟਸ ਬਟ ਜੇ ਉਹ ਆ ਕੇ ਸਿਰਫ ਮਿਊਟ ਸਪੈਕਟੇਟਰਸ ਬਣਨਗੇ ਪਾਰਲੀਮੈਂਟ ਚ ਉਹਦੀ ਬਜਾਇ ਤੁਸੀਂ ਇਹੋ ਜਿਹੇ ਲੋਕਾਂ ਨੂੰ ਨੋਮਿਨੇਟ ਕਰੋ ਜਿਨ੍ਹਾਂ ਨੇ ਕੁਝ ਕੀਤਾ ਹੈ ਨੰਦੀਤਾ ਦਾਸ ਰਾਹੁਲ ਬੁੱਸ ਆਈ ਥੋਟ ਸ਼ਬਾਨਾ ਆਜ਼ਮ ਵਾਜ਼ ਅ ਵੈਰੀ ਪਰਫੈਕਟ ਨੋਮੀਨੇਸ਼ਨ ਰ ਰਾਜ ਸਭਾ ਬਟ ਜਿਨ੍ਹਾਂ ਦੀ ਕੋਈ ਸੋਸਾਇਟੀ ਨੂੰ ਚੇਂਜ ਕਰਨ ਦੀ ਫਿਲਹਾਲ ਜਿਹੜਾ ਨੇ ਅਜ ਤੱਕ ਕੋਈ ਕੋਈ ਟੈਂਡੈਂਸੀ ਨਹੀਂ ਦਿਖਾਈ ਉਹ ਹੁਣ ਜਾ ਕੇ ਦਿਖਾਣਗੇ ਪਾਰਲੀਮੈਂਟ ਚ ਜਿਹੜੇ ਬੰਦੇ ਦੀ ਇੰਨੀ ਪੋਜੀਸ਼ਨ ਹੋਣ ਦੇ ਬਾਵਜੂਦ ਤੁਸੀਂ ਵੱਡੇ ਇੰਨੇ ਵੱਡੇ ਸਟਾਰ ਰਹਿ ਚੁੱਕੇ ਹੋ ਇੰਨੇ ਸਾਲਾਂ ਵਾਸਤੇ ਤੁਸੀਂ ਤਦ ਆਪਣੀ ਪੋਜੀਸ਼ਨ ਯੂਜ਼ ਨਹੀਂ ਕੀਤੀ ਹੁਣ ਜਾ ਕੇ ਕਰੋਗੇ ਤੁਸੀਂ ਤੁਸੀਂ ਆਪਾ ਪੋਲਿਟਿਕਸ ਦੀ ਗੱਲ ਕਰ ਰਹੇ ਆ ਤੁਸੀਂ ਪੋਲਿਟਿਕਸ ਵਲ ਮੇਕਿਆ ਕਾਫੀ ਰੋਜਾਨਾ ਹੈ ਤੁਹਾਡਾ ਇੰਟਰਸਟ ਹੈਗਾ ਤੇ

ਸਦਾ ਪਾਰਟੀ ਸਿਸਟਮ ਡੈਮੋਕਰੈਟਿਕ ਨਹੀਂ ਹੋ ਜਾਂਦਾ ਜਦ ਤੱਕ ਟਰਾਂਸਪੇਰੈਂਸੀ ਨਹੀਂ ਆਂਦੀ ਪਾਰਟੀ ਸਿਸਟਮ ਚ ਜਦ ਤੱਕ ਕਰੋਨੀਸਮ ਪਾਰਟੀ ਸਿਸਟਮ ਚ ਨਹੀਂ ਘਟਦਾ ਤਦ ਤੱਕ ਜਿਹੜਾ ਬੰਦਾ ਆਪਣੇ ਆਪ ਦੇ ਪੈਰਾਂ ਚ ਪੈਰਾਂ ਤੇ ਖੜੇ ਹੋ ਕੇ ਹੋ ਕੇ ਕੁਝ ਕਹਿਣਾ ਚਾਹੁੰਦਾ ਹੈ ਉਹਦੇ ਵਾਸਤੇ ਕੋਈ ਜਗ੍ਹਾ ਨਹੀਂ ਹੈ ਨਾ ਨਾ ਇਧਰਲੇ ਪਾਸੇ ਨਾ ਇਧਰਲੇ ਪਾਸੇ ਸੋ ਜਾਂ ਇਨਾ ਮਤਲਬ ਭਾਜਪੀ ਕਾਂਗਰਸ ਦੀ ਤੁਸੀਂ ਭਾਜਪੀ ਅਕਾਲੀ ਦਾ ਦੀ ਗੱਲ ਹੋ ਸਕਦੀ ਹੈ ਨਾ ਕਾਂਗਰਸ ਦੀ ਹਰ ਅੱਜ ਦੀ ਤਰੀਕ ਦੋਨੋ ਪਾਰਟੀ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ ਮੈਂ ਨਹੀਂ ਮੰਨਦੀ ਜਿਹੜਾ ਜਿਹੜਾ ਕੋਈ ਉਹੋ ਜਿਹਾ ਪਰਸਨ ਹੈ ਜਿਹਦੀ ਜਿਹਦੇ ਕੋਲ ਇਨਫਲੂਐਂਸ ਨਹੀਂ ਹੈਗਾ ਯਾ 5 ਕਰੋੜ ਰੁਪਈਆ ਨਹੀਂ ਹੈਗਾ ਉਹ ਸਰਵਾਈਵ ਕਰ ਸਕਦਾ ਹੈ ਇਹ ਮੈਂ ਰਿਕਾਰਡ ਤੇ ਕਹਿਣਾ ਚਾਹੁੰਦੀ ਹਾਂ ਸੋ ਜੇ ਤੁਹਾਡੇ ਤੁਹਾਡੇ ਜੇ ਕੋਈ ਤੁਹਾਡੀ ਇਲੈਕਸ਼ਨ ਕੈਂਪੇਨ ਫੰਡ ਕਰਨ ਨੂੰ ਤਿਆਰ ਹੈ ਉਹਦੇ ਐਕਸਚੇਂਜ ਉਹ ਕੀ ਲੈਣਗੇ ਸੋ ਜਿਸ ਤਰੀ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਪੋਲਿਟਿਕਸ ਅਗੇਂਸਟ ਹੈ ਪਰ ਅੱਜ ਦੀ ਤਰੀਕਹ ਜ਼ਰੂਰ ਅਗੇਂਸਟ ਹੈ ਕਿਉਂਕਿ ਜਦ ਤੱਕ ਇਹ ਸਿਸਟਮ ਜਦ ਤੱਕ ਜਿਹੜੇ ਲੋਕ ਆਪਣੇ ਆਪਣੇ ਕਾਬਲੀਅਤ ਤੇ ਖੜੇ ਹੋ ਸਕਦੇ ਆ ਜਦ ਤੱਕ ਉਹਨੂੰ ਮੌਕਾ ਨਹੀਂ ਦਿੱਤਾ ਜਾਏਗਾ ਬਟ ਹੁਣ ਟਿਕਟ ਨੂੰ ਟਿਕ ਕਰਦੇ ਹੋ ਨਾ ਤੇ ਹੁਣ ਇਲੈਕਸ਼ਨ ਮੇਬੀ ਲੇਟਰ ਬਟ ਦ ਪੁਆਇੰਟ ਇਜ਼ ਜਦ ਤੱਕ ਬਹਵਾਂ ਨੂੰ ਭੈਣਾ ਨੂੰ ਚਾਚਿਆਂ ਨੂੰ ਭਤੀਜੇ ਨੂੰ ਟਿਕਟ ਮਿਲਦੇ ਰਹਿਣਗੇ ਤੇ ਇਹ ਮਸ਼ੀਨਰੀ ਸਪੋਰਟ ਕਰੇਗੀ ਪਾਰਟੀ ਦੀ ਤਦ ਤੱਕ ਦੂਜੇ ਜਿਹੜੇ ਬੰਦੇ ਨੇ ਉਹ ਕਦੇ ਸਾਹਮਣੇ ਆ ਹੀ ਨਹੀਂ ਸਕਦੇ ਵੈਸੇ ਤੁਸੀਂ ਪੰਜਾਬ ਵਾਪਸ ਆਂਦੇ ਹੋ ਕਾਫੀ ਆਂਦੇ ਹੋ ਹਾਂਜੀ ਤੇ ਕੀ ਤੁਹਾਨੂੰ ਲੱਗਦਾ ਪੰਜਾਬ ਦੇ ਹਾਲਾਤ ਥੋੜੀ ਡਿਪਰੈਸਿੰਗ ਨੇ ਅਲਟੀਮੇਟਲੀ ਜਿਹੜਾ ਰੂਰਲ ਡੈਟ ਹੈ ਜਿਹੜਾ ਫਿਸਕਲ ਡੈਟ ਉਹ ਤਾਂ ਵੱਧਦਾ ਹੀ ਜਾ ਰਿਹਾ ਹੈ 인ਫਰਾਸਟ੍ਰਕਚਰ ਸਾਡਾ ਇੰਨਾ ਮਤਲਬ ਕੈਮ ਹੈ ਨਹੀਂ ਜੰਨਾ ਹੋਣਾ ਚਾਹੀਦਾ ਹੈ ਤੇ ਇਨਵੈਸਟਮੈਂਟ ਜਿਹੜੀ ਇੰਡਸਟਰੀ ਪੁਆਇੰਟ ਆਫ View ਤੇ ਉਹ ਤਾਂ ਹੈ ਹੀ ਹੈ ਨਿਲ ਤੇ ਜਿਹੜਾ ਹੁ ਨਵਾਂ ਬਿਲ ਲੈਂਡ ਐਕਵੀਜ਼ੀਸ਼ਨ ਬਿਲ ਉਹਨੇ ਤਾਂ ਬਿਲਕੁਲ ਹੀ ਖਤਮ ਹੀ ਕਰ ਦੇਣੀ ਹੈ ਤੇ ਫਿਰ ਪੰਜਾਬ ਦੀ ਜਿਹੜੀ ਗਰੋਥ ਇੰਜਨ ਹੈ ਉਹ ਫਿਊਲ ਹੋ ਕਿਵੇਂ ਰਿਹਾ ਹੈ ਤੁਸੀਂ ਐਗਰੀਕਲਚਰਲ ਸਟੇਟ ਹੈਗੇ ਠੀਕ ਹੈ ਪਰ ਜਿਸ ਤਰੀਕੇ ਨਾਲ ਅਰਬਨਾਈਜੇਸ਼ਨ ਹੋ ਰਹੀ ਹੈ ਵਿਦਾਊਟ ਐਨੀ 밸류 ਕ੍ਰिएशन ਉਹ ਕਿੱਥੇ ਜਾਊਗੀ 노 ਇੰਡਸਟਰੀ 노 밸류 ਕ੍ਰिएशन 노 ਸਰਵਿਸ ਇੰਡਸਟਰੀ ਤੇ ਸ਼ਾਇਦ ਜਿਹੜੇ ਸਾਡੇ ਕਾਬਿਲ ਸਰਕਾਰ ਦੇ ਡਿਸੀਜਨ ਲੈਣਾ ਲੋਕਾਂ ਕੇ ਸ਼ਾਇਦ ਉਹਨਾਂ ਕੋਲ ਇਹਦਾ ਜਵਾਬ ਹੋਣਗੇ ਪਰ ਮੈਂ ਨਹੀਂ ਜਾਣਦੀ ਇਹਦਾ ਜਵਾਬ ਕੀ ਹੈਗਾ ਇੱਕ ਪੰਜਾਬ ਵਿੱਚ ਫੀਮੇਲ ਫੀਟੀਸਾਈਡ ਬੜਾ ਵੱਡਾ ਇਸ਼ੂ ਹੈ ਐਂਡ ਤੁਹਾਡੀ ਮੈਂ ਕਈ ਜਗ੍ਹਾ ਕਮੈਂਟਸ ਦੇਖੇ ਕਿ ਯੂ ਆਰ ਇਕਵਲੀ ਬਲੇਮਿੰਗ ਕਿ ਔਰਤਾਂ ਦਾ ਬਹੁਤ ਵੱਡਾ ਰੋਲ ਹੈ ਬਿਲਕੁਲ ਯੈਸ ਟੂ ਕਿਉਂਕਿ ਔਰਤਾਂ ਚਾਹੁੰਦੀਆਂ ਕਿਉਂ ਮੁੰਡੇ ਜੰਮਣ ਕਿਉਂਕਿ ਪੇਟਰੀਆਰਕੀ ਮੁਰਮੜਾ ਕੇ ਸਹੀ ਚੀਜ਼ ਪੇਟਰੀਆਰਕੀ ਤਾਂ ਕੇ ਅਰੈਸਟ ਕਰਦੀ ਹੈ ਔਰਤਾਂ ਚਾਹੁੰਦੀਆਂ ਕਿ ਉਹ ਮੁੰਡੇ ਜੰਮਣ ਤੇ ਕੁੜੀਆਂ ਨੂੰ ਉਹ ਜੰਮਣਾ ਦੇਣੀ ਚਾਹੁੰਦੀਆਂ ਉਹ ਦੋ ਕਾਰਨ ਨੇ ਕੁੜੀਆਂ ਦਾ ਵਿਆਹ ਕਰਨਾ ਪਊ ਦਹੇਜ ਕਿੱਥੋਂ ਆਊ ਪੈਸੇ ਜੇ ਮੁੰਡੇ ਦਾ ਵਿਆਹ ਕਰਨਗੇ ਦਹੇਜ ਘਰ ਚਾਊਗਾ ਦੂਜਾ ਉਹਨੇ ਦੇਖੀਏ ਕਿ ਸਾਡੀ ਜ਼ਿੰਦਗੀ ਕਿਵੇਂ guzri ਹੈ ਕਿਉਂਕਿ ਪੈਟਰੀਆਰਕੀ ਬੰਦੇ ਉੱਤੇ ਹੈ ਔਰਤਾਂ ਇੱਥੇ ਨੇ ਤਾਂ ਉਹ ਆਪ ਜਿਹੜੀ ਸਫਰਿੰਗ ਕਰਕੇ ਆਈਆਂ ਨੇ ਉਹ ਨਹੀਂ ਚਾਹੁੰਦੀਆਂ ਕਿ ਉਹ ਆਪਣੀ ਕੁੜੀਆਂ ਨੂੰ ਪਾਸ ਔਨ ਕਰਨ ਅਲਟੀਮੇਟਲੀ ਜਿਹੜੀ ਜਿਹੜਾ ਕੋਰਨਰ ਸਟੋਨ ਹੈ ਪੈਟਰੀਆਰਕਲ ਸੋਸਾਇਟੀ ਦਾ ਉਹ ਹੈਗਾ ਇਕਨੋਮਿਕ ਸਟੇਟਸ ਅਸੀਂ ਪੰਜਾਬ 'ਚ ਹਾਲਾਂਕਿ ਬਾਈ ਲਾ ਇਨਹੇਰਿਟਡ ਪ੍ਰੋਪਰਟੀ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਜਾਂਦੀ ਹੈ ਤੁਸੀਂ ਮੈਨੂੰ ਦੱਸੋ ਕਿੰਨੀ ਪੰਜਾਬ ਪੰਜਾਬ ਦੀਆਂ ਫੈਮਿਲੀਜ਼ ਆਪਣੀ ਕੁੜੀਆਂ ਨੂੰ ਬਰਾਬਰ ਦੇ ਪ੍ਰੋਪਰਟੀ ਰਾਈਟਸ ਦਿੰਦੇ ਆ ਇਹਦਾ ਰੂਟ ਇੱਥੇ ਹੈ ਜਦ ਜਿਸ ਦਿਨ ਤੁਸੀਂ ਕੁੜੀਆਂ ਨੂੰ ਬਰਾਬਰ ਦੀ ਜ਼ਮੀਨ ਦੇਣਾ ਸ਼ੁਰੂ ਕਰ ਦੋਗੇ ਉਸ ਦਿਨ ਉਹਨਾਂ ਦੀ ਇਕਨੋਮਿਕ ਸਟੇਟਸ ਉਹਨਾਂ ਦਾ ਜਿਹੜਾ ਆਰਥਿਕ ਸਟੇਟਸ ਹੈ ਉਹ ਉੱਚਾ ਉੱਠੇਗਾ ਉਸ ਦਿਨ ਤੋਂ ਬਾਅਦ ਜਿਹੜੀ ਮੁੰਡਾ ਜੰਮਣ ਦੀ ਖੁਆਇਸ਼ ਹੈ ਉਹ ਕੱਟਣੀ ਸ਼ੁਰੂ ਹੋ ਜੂਗੀ ਖਤਮ ਨਹੀਂ ਹੋਊਗੀ ਕੱਟਣੀ ਸ਼ੁਰੂ ਹੋ ਜੂਗੀ ਤੁਸੀਂ ਦੇਖਦੇ ਹੋ ਅੱਜ ਚੰਡੀਗੜ੍ਹ ਵਰਗੇ ਪੜੇ ਲਿਖੇ ਲੋਕਾਂ ਦੇ ਸ਼ਹਿਰ 'ਚ ਕੁੜੀਆਂ ਪ੍ਰੋਫੈਸ਼ਨਲਸ ਡਾਕਟਰਸ ਲਾਇਰਸ ਖੁਸ਼ੀ ਤੋਂ ਆਪਣੀ ਜਿਹੜੀ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਸਦੀ ਪ੍ਰਾਪਰਟੀ ਆਪਣੇ ਭਾਈਆਂ ਨੂੰ ਦੇਣ ਨੂੰ ਤਿਆਰ ਹੈ ਜੇ ਪੜੇ ਲਿਖੀ ਕੁੜੀਆਂ ਆਪਣੇ ਪ੍ਰਾਪਰਟੀ ਰਾਈਟਸ ਅਸਰਟ ਕਰਨ ਨੂੰ ਤਿਆਰ ਹੈ ਨਹੀਂ ਤੇ ਫਿਰ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਹੈਗਾ ਰੁਸ ਕੇ ਬੈਠਣ ਦਾ ਜਦੋਂ ਉਹਨਾਂ ਦੇ ਸਸਾਂ ਨੂੰ ਤਾਨੇ ਦਿੰਦੀਆਂ ਕਿ ਤੁਸੀਂ ਕੁੜੀ ਜੰਮੀ ਹੈ ਕਿਉਂਕਿ ਉਹ ਉਹਦਾ ਹਿੱਸਾ ਨਹੀਂ ਜਦੋਂ ਉਹਨੂੰ ਮੌਕਾ ਮਿਲਦਾ ਹੈਗਾ ਜਦੋਂ ਨਾਲ ਕੋਲ ਓਪਰਚੁਨਿਟੀ ਹੈ ਪੜਾਈ ਤੁਸੀਂ ਕੀਤੀ ਕਿ ਤੁਸੀਂ ਆਪਣੇ ਪ੍ਰੋਪਰਟੀ ਰਾਈਟਸ ਅਸਰਟ ਕਰ ਸਕਦੇ ਹੋ ਲੇਕਿਨ ਤੁਸੀਂ ਖੁਸ਼ ਹੋਗੀ ਠੀਕ ਹੈ ਮੇਰੇ ਬ੍ਰਦਰ ਨੂੰ ਜਾਣ ਦਾ ਸਭ ਕੁਝ ਤੁਸੀਂ ਫਿਰ ਤੁਸੀਂ ਕਿਹੜੇ ਮੂੰਹ ਤੋਂ ਕਹਿ ਸਕਦੇ ਹੋ ਕਿ ਮੇਰੀ ਸੱਸ ਨੂੰ ਤਾਨੇ ਦਿੰਦੀ ਹੈ ਕਿ ਮੈਂ ਕੁੜੀ ਜੰਮੀ ਹੈ ਤੁਸੀਂ ਤਾਂ ਉਹਦੇ ਸਿਸਟਮ ਦਾ ਪਾਰਟ ਹੋ ਨਾ ਫਿਰ ਇੱਕ ਗੁਲ ਦੇ ਜਿਹੜੇ ਫੈਨਸ ਨੇ ਉਹ ਗੁਲ ਨੂੰ ਡਿਸਕ੍ਰਾਈਬ ਕਰਦੇ ਨੇ beauty with brains i don't like They, the title of beauty but, i really don't okay but very but <laughs> but how much of is of it is beauty and how much of it is brain brain measure karan de bahut tareeke nahi aata fir apai q test kar liye fir ap oh publish kar di ajj di interview de baad ajj di discussion te baad but brain is very relative i mean it's all about uh, how you want to use it mai mai ja, bahut 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 eh oh jian lokan nu jandiyan hai kudiyan nu jandiyan hai industry jo mere to kithe zyada intelligent ne ਪਰ ਉਹਨਾਂ ਨੇ ਇਹ ਸਿਸਟਮ ਅੰਡਰਸਟੈਂਡ ਕੀਤਾ ਹੋਇਆ ਹੈ ਕਿ ਇੱਥੇ ਇੰਟੈਲੀਜੈਂਟ ਲੋਕਾਂ ਲਈ ਜਗ੍ਹਾ ਹੈ ਨਹੀਂ ਤੇ ਉਹ ਬਹੁਤ ਡਿਲੀਬਰਟਲੀ ਆਪਣੀ ਇੰਟੈਲੀਜੈਂਸ ਨੂੰ ਅੰਡਰਪਲੇ ਕਰ ਦਿਆ ਨੇ ਬਿਊਟੀ ਵਿਦ ਬ੍ਰੇਨ ਜਿ ਕਿਸੇ ਨੂੰ ਲੱਗਦਾ ਹੈ ਕਿ ਇਹ ਇੱਕ ਕੰਪਲੀਮੈਂਟ ਹੈ ਠੀਕ ਹੈ ਮੇਰੇ ਹਿਸਾਬ ਨਾਲ ਬ੍ਰੇਨ ਸਾਰਿਆਂ ਨੂੰ ਨੇ ਜਿਹੜੇ ਲੋਕ ਕਈ ਪੀਟੀਆਰ ਕੇ ਇੱਕ ਹੋਰ ਇਹ ਹਰ ਚੀਜ਼ ਵਾਪਸ ਪੀਟੀਆਰ ਕੀ ਚ ਆਉਂਦੀ ਹੈ ਕੁਸ਼ਵੰਤ ਸਾਡੀ ਸੋਸਾਇਟੀ 'ਚ ਇੱਕ ਔਰਿਤ ਦਾ ਆਪਣਾ opinion ਹੋਵੇ ਇਹ ਗੱਲ ਇਨਕਰੇਜ ਨਹੀਂ ਕੀਤੀ ਜਾਂਦੀ ਤੁਸੀਂ ਉੱਥੇ ਬੈਠ ਕੇ ਤੁਸੀਂ ਬੱਚਿਆਂ ਦੀ ਗੱਲਾਂ ਕਰੋ ਤੇ ਘਰ-ਬਾਰ ਦੀ ਗੱਲ ਕਰੋ ਜਿਹੜੀ ਮੇਨ opinionਜ਼ ਹੈ ਰਾਜਨੀਤੀ ਤੇ ਸਟੇਟ ਤੇ ਇਕਨੋਮਿਕਸ ਤੇ ਉਹ ਉਹ ਬੰਦਿਆਂ ਦੀ ਫੀਲਡ ਹੈ ਇਹ ਅਲਟੀਮੇਟਲੀ ਫਿਰ ਜਦ ਔਰਤ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ ਆਪਣੇ opinionਜ਼ ਐਕਸਪ੍ਰੈਸ ਕਰਨ ਦਾ ਤੇ ਥਰੂਪ ਚਲੇਗਾ ਪਤਾ ਕਿਵੇਂ ਕਿ ਉਸ ਬ੍ਰੇਨਸ ਹੈਗੇ ਕਿ ਨਹੀਂ ਹੈ ਦ ਐਨਮੀ ਇਸ 올 ਪੈਟਰੀਆਰਕੀ थैंक यू ਸੋ ਮਚ थैंक यू फॉर ਕਮਿੰਗ ਔਨ ਦ ਸ਼ੋ ਖਬਰوں ਕੀ ਦੁਨੀਆ ਮੇ ਆਈਏ ਹਮਾਰੇ ਸਾਥ कहीं भी और कभी भी जुड़िए हम मिलेंगे फेसबुक पर हम दिखेंगे यूट्यूब पर हमें फॉलो कीजिए ट्विटर पर खबरों के साथ बने रहिए रात दिन